ਦੀ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਅਕਾਲੀ ਦਲ ਅਤੇ ਕਾਂਗਰਸ ਦੀ ਸਿਆਸਤ ਦੌਰਾਨ ਤੀਜੇ ਖਿਡਾਰੀ ਇੱਕ ਹੋਰ ਦਾਖਲ ਹੋ ਗਏ ਨੇ। ਯੂਨਾਈਟਿਡ ਅਕਾਲੀ ਦਲ ਕੱਲ੍ਹ ਮੱਖੂ 'ਚ ਇੱਕ ਪ੍ਰੋਗਰਾਮ ਕਰਕੇ ਨਹਿਰ 'ਚ ਮਿੱਟੀ ਤਸਲਾ ਸੁੱਟੇਗਾ ਅਤੇ ਸੰਕੇਤਕ ਤੌਰ 'ਤੇ ਨਹਿਰ ਪੂਰਨ ਦੀ ਕਾਰਵਾਈ ਦਾ ਐਲਾਨ ਕਰੇਗਾ। ਪੰਜਾਬ 'ਚ ਐਸ ਵਾਈ ਐਲ ਦਾ ਮੁੱਦਾ ਭਖਿਆ ਹੋਇਆ ਹੈ। ਅਕਾਲੀ ਭਾਜਪਾ ਅਤੇ ਕਾਂਗਰਸ ਵੱਲੋਂ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਹੋ ਰਹੀ ਸਿਆਸਤ 'ਚ ਯੂਨਾਈਟਿਡ ਅਕਾਲੀ ਦਲ ਨੇ ਵੀ ਆਪਣਾ ਕਦਮ ਪੁੱਟ ਲਿਆ ਹੈ। ਅਕਾਲੀ ਦਲ ਅਤੇ ਕਾਂਗਰਸ ਭਾਜਪਾ ਇਹ ਕਹਿੰਦੇ ਆ ਕਿ ਅਸੀਂ ਇੱਕ ਵੀ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣੀ, ਪਰ ਦੁਖਾਂਤ ਇਹ ਹੈ ਕਿ ਉਹ ਇੱਕ ਬੂੰਦ ਤੱਕ ਹੀ ਉਹ ਭਰੇ ਭਰਾਏ ਦਰਿਆਵਾਂ ਜਿਹੜੀਆਂ ਵੱਡੀਆਂ ਵੱਡੀਆਂ ਨਹਿਰਾਂ ਭਰੀਆਂ ਤੁਰੀਆਂ ਜਾ ਰਹੀਆਂ ਨੇ ਅਤੇ ਅਸੀਂ ਉਹ ਨਾਲੇ ਤਾਂ 4 ਤਰੀਕ ਨੂੰ ਬਾਦਲ ਨੂੰ ਅਮਰਿੰਦਰ ਨੂੰ ਅਤੇ ਭਾਜਪਾ ਵਾਲਿਆਂ ਨੂੰ ਦੱਸਣਾ ਚਾਹੁੰਦੇ ਕਿ ਆਓ, ਤੁਹਾਨੂੰ ਇੱਕ ਬੂੰਦ ਪਾਣੀ ਜਾਂਦਾ ਨਹੀਂ ਦਿਖਦਾ, ਅਸੀਂ ਤੁਹਾਨੂੰ ਦਰਿਆਵਾਂ ਵਰਗੀਆਂ ਵੱਡੀਆਂ ਵੱਡੀਆਂ ਨਹਿਰਾਂ ਭਰੀਆਂ ਹੋਈਆਂ ਬਾਹਰ ਜਾਂਦੀਆਂ ਦਿਖਾਉਣਾ ਚਾਹੁੰਦੇ ਹਾਂ ਅਤੇ ਆ ਕੇ ਦੇਖੋ ਇਹ ਪਾਣੀ ਪੰਜਾਬ ਦਾ ਜਾ ਰਿਹਾ। ਤੁਸੀਂ ਪੰਜਾਬ ਨਾਲ ਦੁਸ਼ਮਣੀ ਅਤੇ ਗਦਾਰੀ ਨਾ ਕਰੋ, ਪਰ ਕਾਂਗਰਸ ਦੁਸ਼ਮਣੀ ਤੋਂ ਆਵਾਜ਼ ਨਹੀਂ ਆ ਰਹੀ, ਅਕਾਲੀ ਦਲ ਗਦਾਰੀ ਤੋਂ ਆਵਾਜ਼ ਨਹੀਂ ਆ ਰਿਹਾ। ਅਸੀਂ ਇਹਨਾਂ ਨੂੰ ਸੁਚੇਤ ਕਰਨ ਵਜੋਂ ਸੰਕੇਤਿਤ ਪੱਖ ਤੋਂ ਇੱਕ ਪਰਸੋਂ ਨਹਿਰ ਦੇ ਵਿੱਚ ਮਿੱਟੀ ਪਾ ਕੇ ਇਹ ਸੰਕੇਤ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਪਾਣੀ ਸਾਡਾ ਪੰਜਾਬ ਦਾ ਪਾਣੀ ਹੈ ਅਤੇ ਪੰਜਾਬ ਦਾ ਪਾਣੀ ਪੰਜਾਬ 'ਚ ਰਹੇਗਾ, ਪੰਜਾਬ ਦੇ ਪਾਣੀ ਲਈ ਅਸੀਂ ਲੜਾਈ ਲੜਾਂਗੇ। ਉਧਰ ਪਾਰਟੀ ਦੇ ਆਗੂ ਭਾਈ ਮੋਹਕਮ ਸਿੰਘ ਨੇ ਅੰਮ੍ਰਿਤਸਰ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਪਾਰਟੀ ਸੰਕੇਤਕ ਤੌਰ 'ਤੇ ਨਹਿਰ ਪੂਰਨ ਲਈ ਮੱਖੂ 'ਚ ਵੀਰਵਾਰ ਨੂੰ ਐਕਸ਼ਨ ਕਰੇਗੀ, ਜਿਸ ਤਹਿਤ ਨਹਿਰ 'ਚ ਕੁਝ ਮਿੱਟੀ ਸੁੱਟੀ ਜਾਵੇਗੀ। ਇਹ ਪ੍ਰੋਗਰਾਮ ਹੋਰ ਜ਼ਿਲ੍ਹਿਆਂ 'ਚ ਵੀ ਹੋਣਗੇ। ਦੇਖੋ ਜੀ, 4 ਤਰੀਕ ਦਿਨ ਵੀਰਵਾਰ ਨੂੰ ਯੂਨਾਈਟਿਡ ਅਕਾਲੀ ਦਲ ਨੇ ਪੰਜਾਬ 'ਚ ਕਈ ਥਾਵਾਂ ਦੇ ਉੱਤੇ ਪ੍ਰੋਗਰਾਮ ਰੱਖੇ ਹੋਏ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਸਾਡੇ ਤੋਂ ਧੱਕੇ ਦੇ ਨਾਲ ਸੈਂਟਰ ਸਰਕਾਰ ਅਤੇ ਦੂਸਰੇ ਸੂਬੇ ਖੋ ਰਹੇ ਆ, ਔਰ ਉਹਨਾਂ ਨੇ ਸਾਡੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ। ਬੜਾ ਲੰਮੇ ਸਮਿਆਂ ਤੋਂ ਜਿਹੜਾ ਪਾਣੀ ਜਿਹੜਾ ਫ੍ਰੀ ਵਿੱਚ ਮੁਫਤ ਵਿੱਚ ਬਿਨਾਂ ਕਿਸੇ ਕਾਰਨ ਤੋਂ ਜਾ ਰਿਹਾ, ਔਰ ਪੰਜਾਬ ਬੰਜਰ ਬਣਦਾ ਜਾ ਰਿਹਾ। ਇੱਥੇ ਲੱਖਾਂ ਟਿਊਬਵੈੱਲ ਲਾ ਕੇ ਧਰਤੀ ਦੇ ਥੱਲੋਂ ਪਾਣੀ ਕੱਢਿਆ ਜਾ ਰਿਹਾ, ਬਹੁਤ ਡੂੰਘਾ ਪਾਣੀ ਜਾ ਚੁੱਕਾ ਹੈ। ਬੜੀਆਂ ਪਹਿਲਾਂ ਖੂਹੀਆਂ ਪੱਟੀਆਂ ਗਈਆਂ, ਖੂਹੀਆਂ ਤੋਂ ਬਾਅਦ ਨਵੀਂ ਤਕਨੀਕ ਮੁਤਾਬਕ ਲੰਬੇ ਖੂਹ ਥੱਲੇ ਪੱਟੇ ਗਏ, ਉਸ ਤੋਂ ਬਾਅਦ ਹੁਣ ਉਹ ਵੀ ਜਵਾਬ ਦੇ ਰਿਹਾ। ਭਾਈ ਮੋਹਕਮ ਸਿੰਘ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਅਤੇ ਕਾਂਗਰਸ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਕੇਵਲ ਸਿਆਸੀ ਰੋਟੀਆਂ ਸੇਕ ਰਹੇ ਨੇ, ਜਦਕਿ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਲਗਾਤਾਰ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਪਾਣੀ ਦੀ ਕਿੱਲਤ ਖੜੀ ਹੋ ਰਹੀ ਹੈ। ਅਤੇ ਜਿਹੜਾ ਪੰਜਾਬ ਦਾ ਪਾਣੀ ਹੈ ਉਹਨੂੰ ਪੰਜਾਬ ਤੋਂ ਬਾਹਰ ਜਾ ਕੇ ਬਰੇਤੀ ਦੇ ਵਿੱਚ ਰਾਜਸਥਾਨ 'ਚ ਖਪਾਇਆ ਜਾ ਰਿਹਾ, ਕੋਈ ਹੋਰ ਜਿਵੇਂ ਰਾਜਸਥਾਨ ਅਤੇ ਹਰਿਆਣਾ ਇੱਦਾਂ ਲਿਜਾਇਆ ਜਾ ਰਿਹਾ। ਜੇ ਉਹਨਾਂ ਨਾਲ ਨੁਕਸਾਨ ਹੁੰਦਾ ਤਾਂ ਪੰਜਾਬ ਦਾ ਹੁੰਦਾ, ਜਦੋਂ ਹੜ੍ਹ ਆਉਂਦੇ ਆ ਜਿਵੇਂ ਹੁਣੇ ਥੋੜ੍ਹੇ ਦਿਨ ਹੋਏ ਆ ਕਿ ਰਾਜਸਥਾਨ ਫੀਡਰ ਜਿਹੜਾ ਸੀ ਉਹਦੇ ਵਿੱਚ ਇੱਕ ਪਾੜ ਪਿਆ ਅਤੇ ਕਈ ਪਿੰਡ ਜਿਹੜੇ ਸੀ ਉਹ ਪਾਣੀ ਦੀ ਲਪੇਟ 'ਚ ਆ ਗਏ, ਫਸਲਾਂ ਤਬਾਹ ਹੋ ਗਈਆਂ। ਨੁਕਸਾਨ ਸਾਡਾ, ਧਰਤੀ ਸਾਡੀ, ਔਰ ਉਹਦਾ ਜੋ ਬੈਨੀਫਿਟ ਹੈ ਕੁਛ ਹੁੰਦਾ ਅਤੇ ਉਹ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਆ ਜਿਨ੍ਹਾਂ ਦਾ ਕੋਈ ਪੰਜਾਬ ਨਾਲ ਲੈਣਾ ਦੇਣਾ ਨਹੀਂ ਉਹ ਲੈ ਜਾ ਰਹੇ। ਨਿਊਜ਼ ਐਕਸੋ ਸ਼ੈਰੀ ਗੌਰਵਾ ਦੇ ਨਾਲ ਸੁਖਚੈਨ ਸਿੰਘ, ਗਲੋਬਲ ਪੰਜਾਬ ਟੀਵੀ, ਅੰਮ੍ਰਿਤਸਰ।